ਅੱਜ ਆਪਾਂ ਨੂੰ ਫਰੈਂਕਲਿਨ ਦਾ ਸਵੇਰੇ ਸਵੇਰੇ ਕੋਲ ਆਈ ਕਿ ਇਸ ਪਾਰਕਿੰਗ 'ਚ ਉਹਨੇ ਲਗਜ਼ਰੀ ਗੱਡੀ ਦੇਖੀ ਅਤੇ ਆਪਾਂ ਨੂੰ ਤਾਂ ਇਹੀ ਗੱਡੀ ਥੋੜ੍ਹੀ ਲਗਜ਼ਰੀ ਤਾਂ ਨਹੀਂ ਹੈ ਪਰ ਇਹ ਤਿਆਰ ਕਰਵਾਈ ਹੋਈ ਕਿਸੇ ਨੇ ਇਹੀ ਦਿਖੀ ਆ ਸ਼ਾਇਦ ਇਸ ਗੱਡੀ ਦੀ ਹੀ ਗੱਲ ਕੀਤੀ ਹੋਵੇ ਉਸਨੇ ਫਰੈਂਕਲਿਨ ਹੈ ਅਤੇ ਇੱਕ ਵਾਰੀ ਆਪਾਂ ਉਹ ਦੇਖੋ ਫਰੈਂਕਲਿਨ ਦਾ ਮੈਸੇਜ ਵੀ ਆ ਗਿਆ ਕਹਿੰਦਾ ਕਿ ਜੇ ਤੂੰ ਗੱਡੀ ਲੈ ਲਈ ਇੱਕ ਵਾਰੀ ਕੋਲ ਤਾਂ ਕਰਦਾ ਤੂੰ ਤਾਂ ਕੋਲ ਵੀ ਨਹੀਂ ਕੀਤੀ ਅਤੇ ਆਪਾਂ ਫਰੈਂਕਲਿਨ ਨੂੰ ਇੱਕ ਵਾਰੀ ਕੋਲ ਕਰ ਲੈਂਦੇ ਹਾਂ ਅਤੇ ਫਰੈਂਕਲਿਨ ਨੂੰ ਨਾਰਾਜ਼ ਨਹੀਂ ਕਰਨਾ ਕਿਉਂਕਿ ਫਰੈਂਕਲਿਨ ਆਪਣਾ ਬ੍ਰਦਰ ਆ ਅਤੇ ਫਰੈਂਕਲਿਨ ਨੂੰ ਆਪਾਂ ਕੋਲ ਕਰਾਂਗੇ ਪੁੱਛਾਂਗੇ ਉਹ ਕੀ ਕਹਿੰਦਾ ਅਤੇ ਇੱਕ ਵਾਰੀ ਆਪਾਂ ਉੱਤੇ ਵੀ ਦੇਖ ਲੈਂਦੇ ਕਿ ਸ਼ਾਇਦ ਕੋਈ ਹੋਰ ਗੱਡੀ ਦੀ ਗੱਲ ਨਾ ਕੀਤੀ ਹੋਵੇ ਉਹਨੂੰ We was just speaking. No worries, man. I'll see you soon. ਤੇ ਕਹਿੰਦਾ ਕੋਈ ਚੱਕਰ ਨਹੀਂ ਬਾਅਦ ਚੋਂ ਫੋਨ ਕਰ ਲਈ ਕਹਿੰਦਾ ਓਏ ਹੋਏ ਅੱਛਾ ਇਸ ਗੱਡੀ ਦੀ ਗੱਲ ਕੀਤੀ ਹੋਣੀ ਫਰੈਂਕਲਿਨ ਨੇ ਆਪਾਂ ਗਲਤ ਗੱਡੀ ਲੈ ਲਈ ਸੀ ਬਾਬਿਓ ਫਰੈਂਕਲਿਨ ਦੇ ਦੇਖੋ ਝੂਠ ਆਪਣੇ ਨਾਲ ਨਹੀਂ ਬੋਲੂਗਾ ਉਹ ਇੱਕਦਮ ਦਿਲ ਦਾ ਸੱਚਾ ਬੰਦਾ ਅਤੇ ਆਪਾਂ ਨੂੰ ਇੱਕਦਮ ਸਹੀ ਇਨਫੋਰਮੇਸ਼ਨ ਦਿੱਤੀ ਸੀ ਉਹਨੇ ਇਸੇ ਗੱਡੀ ਦੀ ਗੱਲ ਕੀਤੀ ਹੋਣੀ ਤੁਸੀਂ ਦੇਖ ਸਕਦੇ ਹੋ ਸੋਚ ਇਹਦੇ ਇੱਕ ਵਾਰੀ ਭਜਾ ਕੇ ਦਿਖਾਉਂਦਾ ਮੈਂ ਤੁਹਾਨੂੰ ਬਾਬੇ ਉਹਦੀ ਦੇਖ ਸਕਦੇ ਹੋ ਕਿੱਡੀ ਸੋਹਣੀ ਗੱਡੀ ਆ ਅਤੇ ਇੱਕ ਵਾਰੀ ਇਹਦਾ ਸਟੰਟ ਭਜਵਾ ਕੇ ਦਿਖਾਉਂਦੇ ਤੁਹਾਨੂੰ ਇਹਦੇ ਉੱਤੇ ਹੀ ਇੱਕ ਸਟੰਟ ਵੱਜਦਾ ਬਾਬੇ ਬੜਾ ਸੈੱਟ ਆਪਾਂ ਉਹ ਮਾਰ ਕੇ ਦੇਖਦੇ ਹਾਂ ਨਹੀਂ ਥੱਲੇ ਨਹੀਂ ਜਾਣਾ ਆਪਾਂ ਉੱਤੇ ਜਾਣਾ ਦਰਅਸਲ 'ਚ ਇਹ ਥੱਲੇ ਲੈ ਗਿਆ ਗੱਡੀ ਉੱਤੇ ਜਾ ਕੇ ਦੇਖਦੇ ਗੱਡੀ ਦੀ ਦੇਖੋ ਜੋਸ਼ ਕਿੱਦਾਂ ਗੂੰਜਦੇ ਬਾਬਿਓ ਸਿਰਾ ਸਿਰਾ ਗੱਡੀ ਆ ਸਿਰਾ ਇੱਥੇ ਤਾਂ ਨਹੀਂ ਖੜੀ ਮੈਨੂੰ ਲੱਗਾ ਜਿੱਦਾਂ ਇੱਥੇ ਵੀ ਗੱਡੀ ਖੜੀ ਆ ਲਗਜ਼ਰੀ ਕਿਉਂਕਿ ਇੱਥੇ ਅਕਸਰ ਲਗਜ਼ਰੀ ਗੱਡੀਆਂ ਆਉਂਦੀਆਂ ਰਹਿੰਦੀਆਂ ਇਹ ਪਾਰਕਿੰਗ 'ਚ ਇੱਕ ਵਾਰ ਵਿਲਗੇਟਸ ਵੀ ਇੱਥੇ ਆਪਣੀ ਗੱਡੀ ਖੜੀ ਕਰ ਗਿਆ ਸੀ ਉਹ ਵੀ ਆਪਾਂ ਚੱਕ ਲਈ ਸੀ ਇੱਦਾਂ ਹੀ ਅਤੇ ਉਦੋਂ ਪੁਲਿਸ ਬਹੁਤ ਮਗਰ ਪੈ ਗਈ ਸੀ ਕਿਉਂਕਿ ਤੁਹਾਨੂੰ ਪਤਾ ਬਹੁਤ ਅਮੀਰ ਬੰਦਾ ਉਹ ਅਤੇ ਉਹਦੀ ਗੱਡੀ ਚੱਕਾਂਗੇ ਪੁਲਿਸ ਨੇ ਤਾਂ ਪੈਣਾ ਹੀ ਸੀ ਅਤੇ ਇਹ ਗੱਡੀ ਵੀ ਪਤਾ ਨਹੀਂ ਕਿਹਦੀ ਆ ਪਰ ਕੋਈ ਅਮੀਰ ਹੀ ਹੋਣਾ ਬਹੁਤ ਜ਼ਿਆਦਾ ਜਿਹਨੇ ਇੱਦਾਂ ਹੀ ਮਹਿੰਗੀ ਗੱਡੀ ਰੱਖੀ ਆ ਉੱਥੇ ਜਾ ਕੇ ਦੇਖਦੇ ਹਾਂ ਸਸਤੇ ਇੱਧਰੋਂ ਦੀ ਜਾਣਾ ਬਾਬਿਓ ਕਿਆ ਬਾਤ ਆ ਗੱਡੀ ਦੇਖੋ ਸਿਰਾ ਸਿਰਾ ਬਾਬਿਓ ਸਿਰਾ ਗੱਡੀ ਤੁਸੀਂ ਦੇ ਸਕਦੇ ਹੋ ਅਤੇ ਇੱਥੇ ਆਪਾਂ ਇਹਦੇ ਸਟੰਟ ਪਵਾਉਂਦੇ ਅਤੇ ਫਿਰ ਨੂੰ ਆਪਾਂ ਘਰੇ ਪਾਰਕਿੰਗ 'ਚ ਆਪਣੇ ਲਾ ਲੈਣਾ ਗੱਡੀ ਦਾ ਮਟੀਰੀਅਲ ਹਲਕਾ ਬਾਬੇ ਦੇਖੋ ਇਹ ਤਾਂ ਮਾੜਾ ਜਿਹਾ ਵੱਜਣ ਦੀ ਖਿਲਰ ਗਈ ਇੱਥੇ ਆਪਾਂ ਇੱਕ ਇਹਦਾ ਸਟੰਟ ਭਜਵਾਉਂਦੇ ਹਾਂ ਉਹ ਬਾਬੇ ਦੀ ਦੇਖੋ ਕਿਆ ਬਾਤ ਹੈ ਸਿਰਾ ਇੱਕਦਮ ਸਿਰਾ ਚੀਜ਼ ਬਾਬੇ ਦੇਖੋ ਕਿਆ ਬਾਤ ਹੈ ਸਟੰਟ ਵਾਲੀ ਤਾਂ ਉਹ ਫਸ ਗਈ ਮੈਨੂੰ ਲੱਗਾ ਸੀ ਗੱਡੀ ਫਸ ਗਈ ਉਹ ਪੁਲਿਸ ਪੈ ਗਈ ਆ ਪਿੱਛੇ ਬਾਬਿਓ ਹੁਣ ਆਪਾਂ ਘਰੇ ਨੂੰ ਸੇਫ ਹਾਊਸ 'ਚ ਲਾਵਾਂਗੇ ਅਤੇ ਬਹੁਤ ਬਹੁਤ ਧੰਨਵਾਦ ਫਰੈਂਕਲਿਨ ਦਾ ਜਿੰਨਾ ਆਪਾਂ ਨੂੰ ਇਸ ਗੱਡੀ ਬਾਰੇ ਦੱਸਿਆ ਨਹੀਂ ਤਾਂ ਆਪਾਂ ਤਾਂ ਇੱਦਾਂ ਹੀ ਰਹਿ ਜਾਣਾ ਸੀ ਹੁਣ ਆਪਾਂ ਨੂੰ ਘਰੇ ਆ ਕੇ ਸੇਫ ਹਾਊਸ 'ਚ ਲਾ ਦੇਣੀ ਆ ਤਾਂ ਜੋ ਆਪਣੀ ਗੱਡੀ ਇਹ ਸੇਫ ਰਹੇ ਅਤੇ ਇੱਥੇ ਆਪਾਂ ਲੋਕੇਸ਼ਨ ਲਾ ਲੈਂਦੇ ਹਾਂ ਪਹਿਲਾਂ ਨਹੀਂ ਪਰਸਨਲ ਵਹੀਕਲ ਹਾਂ ਸੇਫ ਹਾਊਸ ਇੱਥੇ ਆਪਾਂ ਜਾਣਾ ਹੁਣ ਅਤੇ ਚਲੋ ਕੋਈ ਨਾ ਜਿੱਥੇ ਮਰਜ਼ੀ ਬਾਬੇ ਆਪਣੀ ਗੱਡੀ ਜਿੰਨੀ ਵਾਰ ਮਰਜ਼ੀ ਵੱਜੇ ਜਦੋਂ ਆਪਾਂ ਇੱਥੇ ਜਾ ਕੇ ਗੈਰੇਜ 'ਚ ਲਾਤੀ ਨਾ ਗਰਾਜ ਚਲਾ ਕੇ ਆਪਣੀ ਗੱਡੀ ਇੱਕਦਮ ਸੈੱਟ ਨਵੀਂ ਹੋ ਜਾਣੀ ਬਾਬੇ ਪੋਲਿਸ਼ ਪੁਲਿਸ਼ ਮਾਰ ਦਿੰਦੇ ਮੁੰਡੇ ਆਪਾਂ ਰੱਖੇ ਆ ਉਹਨਾਂ ਨੂੰ ਆਪਾਂ 200 ਰੁਪਈਆ ਮਹੀਨਾ ਦੇਈਦਾ ਉਹ ਗੱਡੀਆਂ ਚਮਕਾਉਂਦੇ ਆ ਬਸ ਉਹਨਾਂ ਦਾ ਇਹੀ ਕੰਮ ਹੈ ਗੱਡੀਆਂ ਚਮਕਾਉਣੀਆਂ ਜੀਭਾਂ ਲਾਲਾ ਚੱਟਦੇ ਬਾਬੇ ਉਹ ਗੱਡੀ ਇੱਕਦਮ ਨਿਊ
ਲੱਗਦੀ ਗੱਡੀ, ਨਵੀਂ ਵੀ ਗੱਡੀ ਹੈ ਨਾ ਮੇਰੇ, ਫਿੱਕੀ ਲੱਗਦੀ, ਐਡੇ ਚਮਕਾਉਂਦੇ ਆ, ਬਹੁਤ ਮਾਣ ਸਤਿਕਾਰ ਕਰਦੇ ਹੋ ਮੇਰਾ। ਧੁੰਦ ਪੈ ਗਈ ਬਾਬੇ, ਤੁਹਾਨੂੰ ਕਿਹਾ ਨਾ ਦਿਨ ਬਹੁਤ ਮਾੜੇ ਚੱਲਦੇ, ਸਨੋ ਵੀ ਪੈਂਦੀ ਕਦੀ ਕਦੀ, ਸਨੋ ਜਦੋਂ ਪੈਂਦੀ ਤਾਂ ਉੱਥੇ ਗੱਡੀ ਨਹੀਂ ਚੱਲਦੀ, ਅੱਜ ਤਾਂ ਧੁੰਦ ਪਈ ਆ। ਕਹਿੰਦੀ ਕਾਰ ਸ਼ਿਫਟ ਆ ਤੁਹਾਡੀ, ਕਿਉਂਕਿ ਹੁਣ ਤਾਂ ਗੱਡੀ ਇੱਕਦਮ ਬੇਕਾਰ ਹੋ ਗਈ ਨਾ, ਜਦੋਂ ਨਵੀਂ ਲਿਆਂਦੀ ਸੀ ਇਹਦੇ ਵਰਗੀਆਂ ਡੁੱਲ ਜਾਂਦੀਆਂ, ਲੰਮੀਆਂ ਪੈ ਜਾਂਦੀਆਂ ਗੱਡੀ ਅੱਗੇ। ਕਹਿੰਦੀਆਂ ਬਿਠਾਓ ਬਿਠਾਓ, ਪਰ ਫਿਰ ਮੈਂ ਤਾਂ ਬਿਠਾਉਂਦਾ ਨਹੀਂ। ਕੋਈ ਨਾ ਕੁੜੀਏ, ਹੁਣ ਤਾਂ ਤੂੰ ਕਹਿਣਾ ਹੀ ਆ ਸ਼ਿਫਟ, ਅਤੇ ਆ ਗਿਆ ਆਪਾਂ ਆਪਣੇ ਘਰ 'ਚ, ਅਤੇ ਆਪਾਂ ਲਾਵਾਂਗੇ ਪਾਰਕਿੰਗ 'ਚ ਇਹਨੂੰ। ਇਹ ਆਪਣੀ ਖੜੀ ਆ ਗੱਡੀ, ਦੇਖੋ ਫਾਰਮਰਸ ਫਾਰਮਰ ਲਿਖਿਆ ਬਾਬੇ, ਤੁਸੀਂ ਦੇ ਸਕਦੇ ਹੋ ਗੱਡੀ 'ਤੇ, ਇੱਕ ਵਾਰੀ ਉਤਰ ਕੇ ਦਿਖਾ ਦਿੰਦਾ, ਕਿਉਂਕਿ ਆਪਣਾ ਮਾਈਕਲ ਜਿਹੜਾ ਉਹ ਫਾਰਮਰ ਨੂੰ ਬਹੁਤ ਸਪੋਰਟ ਕਰਦਾ, ਮਾਈਕਲਾਂ ਮਾਈਕਲ ਫਾਰਮਰਸ ਦੀ ਬਹੁਤ ਸਪੋਰਟ ਕਰਦਾ। ਦੇਖੋ ਗੱਡੀ 'ਤੇ ਲਿਖਿਆ ਫਾਰਮਰ, ਉਹ ਗੱਡੀ 'ਤੇ ਗੋਲੀ ਨਹੀਂ ਚਲਾਉਣੀ ਵੀਰ, ਫਾਰਮਰਸ ਹੀ ਦਿਖਾਉਣਾ ਆਪਾਂ। ਗੁੱਸੇ 'ਚ ਆ ਮਾਈਕਲ ਕਿ ਕਿਸਾਨ ਠੰਡ 'ਚ ਬੈਠੇ ਆ ਵਿਚਾਰੇ, ਅਤੇ ਉਸਨੂੰ ਇਸ ਚੀਜ਼ ਦਾ ਗੁੱਸਾ ਫਾਰਮਰ ਖਾਇਆ ਨਾ ਗੱਡੀ 'ਤੇ, ਅਤੇ ਇਸ ਗੁੱਸੇ 'ਚ ਉਹ ਫਾਇਰ ਕਰਦਾ ਰੋਜ਼ ਹੀ ਉੱਤੇ ਨੂੰ। ਅਤੇ ਆਪਾਂ ਆਪਣੀ ਗੱਡੀ ਲਾਉਂਦੇ ਪਾਰਕਿੰਗ 'ਚ, ਇੱਕ ਜਰਿਆ ਨਹੀਂ ਜਾਂਦਾ ਦੁੱਖ ਕਿਸਾਨਾਂ ਦਾ, ਪਰ ਪਤਾ ਨਹੀਂ ਸਰਕਾਰ ਕਿਉਂ ਨਹੀਂ ਜਾਣਦੀ। ਆਪਾਂ ਇੱਥੇ ਗੱਡੀ ਲਾਵਾਂਗੇ ਪਾਰਕਿੰਗ 'ਚ, ਅਤੇ ਆਲਰੇਡੀ ਆਪਣੇ ਦੇਖੋ ਦੋ ਗੱਡੀਆਂ ਲੱਗੀਆਂ, ਆਪਾਂ ਨੂੰ ਇੱਕ ਬਾਹਰ ਕੱਢਣੀ ਪੈਣੀ ਆ, ਫਿਰ ਆਪਣੀ ਇਹ ਗੱਡੀ ਆ ਨਵੀਂ, ਆਹ ਗੱਡੀ ਤਾਂ ਐਵੇਂ ਆ ਹਲਕੀ ਜੀ। ਉਹ ਨਹੀਂ ਨਹੀਂ ਆਪਣੇ ਕੋਲ ਤਾਂ ਗੈਰੇਜ ਆ ਇੱਕ, ਆਪਾਂ ਗੈਰੇਜ 'ਚ ਲਾਉਂਦੇ ਗੱਡੀ, ਇਹ ਇੱਥੇ ਲੱਗੀ ਰਹਿੰਦੇ, ਆਪਣੇ ਕੋਲ ਗੈਰੇਜ ਆ ਇੱਕ ਬਹੁਤ ਵਧੀਆ ਥੱਲੇ, ਮੈਨੂੰ ਭੁੱਲ ਗਿਆ ਸੀ, ਆਪਾਂ ਗੈਰੇਜ ਦੇ ਵੀ ਮਾਲਕ ਹਾਂ। ਗੱਡੀ ਦੇਖੋ ਚੱਲ ਨਹੀਂ ਰਹੀ, ਕਿਉਂਕਿ ਥੋੜ੍ਹਾ ਨਾ ਇਹਦੇ ਲੱਗਦਾ ਇੰਜਨ 'ਚ ਵੀ ਪ੍ਰੋਬਲਮ ਆ ਗਈ ਆ, ਆਪਣੀ ਗੱਡੀ ਮੇਰੇ ਤੋਂ ਸਹੀ ਚੱਲ ਨਹੀਂ ਰਹੀ, ਅਤੇ ਛੇਤੀ ਖੋਲ੍ਹ ਦੇ ਤੋਂ ਪਹਿਲਾਂ ਦੇਖਾ। ਨਹੀਂ 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 ਵੀਰ ਬਚਾ ਲਓ, ਆਪ ਹੀ ਬਚਣਾ ਪੈਣਾ ਤੁਹਾਨੂੰ, ਕਿਉਂਕਿ ਮੇਰੀ ਗੱਡੀ ਤਾਂ ਆਊਟ ਆਫ ਕੰਟਰੋਲ ਆ ਹੁਣ। ਆਪਾਂ ਇੱਥੇ ਗੈਰੇਜ 'ਚ ਇਹਨੂੰ ਪਾਰਕ ਕਰਦੇ ਹਾਂ, ਇੱਥੇ ਆਪਣਾ ਗੈਰੇਜ ਕਿਤੇ ਯਾਰ, ਇਹ ਵਹੀਕਲ ਇੰਪਾਊਂਡ ਆ, ਇੱਥੇ ਕਿਤੇ ਆਪਾਂ ਗੈਰੇਜ ਵੀ ਖਰੀਦਿਆ ਆਪਣਾ ਗਰਾਜ, ਇਹ ਸ਼ਾਇਦ ਨਹੀਂ, ਇਹ ਕਾਰ ਵੋਸ਼ ਆ, ਕਾਰ ਤਾਂ ਆਪਣੀ ਵੋਸ਼ ਹੀ ਆ ਵੀਰ, ਆਪਣਾ ਇੱਥੇ ਕਿਤੇ ਹੈ ਯਾਰ ਗੈਰੇਜ, ਸਿਨੇਮਾ ਨਹੀਂ, ਆਪਾਂ ਨਹੀਂ ਪ੍ਰੋਪਰਟੀ ਆਪਾਂ ਖਰੀਦੀ ਆ, ਇਹਦੀ ਕਾਰ ਵੋਸ਼ ਆ, ਅਤੇ ਆਪਾਂ ਨੂੰ ਹੋਏ ਆਹ ਕੀ ਆ, ਹਾਂ ਇਹੀ ਆਪਣਾ ਉਹ ਗੈਰੇਜ, ਇੱਥੇ ਆਪਾਂ ਆਪਣੀ ਆ ਲਗਜ਼ਰੀ ਗੱਡੀ ਲਾਵਾਂਗੇ। ਉਹ ਜਿਹੜੀ ਗੱਡੀ ਆਪਣੀ ਦੂਜੀ ਫਾਰਮੈਂਸ ਵਾਲੀ ਟੁੱਟ ਗਈ ਆ, ਉਹ ਤਾਂ ਹੁਣ ਤੱਕ ਮੁੰਡਿਆਂ ਨਾਲ ਆਪਣਿਆਂ ਨੇ ਸਹੀ ਕਰਤੀ ਹੋਊਗੀ, ਅਤੇ ਅਗਲੇ ਬਲੋਕ 'ਚ ਤੁਹਾਨੂੰ ਮੁੰਡਿਆਂ ਨਾਲ ਵੀ ਮਿਲਾਵਾਂਗੇ, ਅਤੇ ਦਿਖਾਵਾਂਗੇ ਕਿੱਦਾਂ ਉਹ ਗੱਡੀ ਚਮਕਾਉਂਦੇ ਆ, ਪੂਰੀ ਲਿਸ਼ਕਾ ਕੇ ਰੱਖਦੇ ਆ ਗੱਡੀ, ਹੁਣ ਜਦੋਂ ਅਗਲੇ ਬਲੋਕ 'ਚ ਤੁਸੀਂ ਆਉਂਗੇ ਤਾਂ ਇਹ ਗੱਡੀ ਵੀ ਇੱਕਦਮ ਚਮਕੀ ਹੋਣੀ ਆ, ਅਤੇ ਇੱਕਦਮ ਨਵੀਂ, ਤੁਹਾਨੂੰ ਪਤਾ ਹੀ ਲੱਗਣਾ ਇਹ ਉਹੀ ਗੱਡੀ ਆ ਜਿਹੜੀ ਇੱਦਾਂ ਖਿਲਰ ਗਈ ਸੀ। ਅਤੇ ਆਹ ਆਪਣਾ ਇੱਥੇ ਗੈਰੇਜ ਆ, ਇੱਥੇ ਆਪਾਂ ਪਾਰਕ ਕਰਾਂਗੇ ਆਪਣੀ ਗੱਡੀ, ਖੁੱਲ ਜਾ ਸਿਮਸਿਮ, ਦੇਖੋ ਇਹਦਾ ਕੋਡ ਵਰਡ ਆ ਖੁੱਲ ਜਾ ਸਿਮਸਿਮ, ਫਿਰ ਹੀ ਇਹ ਖੁੱਲਦਾ, ਇੱਥੇ ਆਪਣਾ ਸਾਈਕਲ ਵੀ ਲੱਗਾ, ਅਤੇ ਬਾਬੇ ਮਿਲਦੇ ਹਾਂ ਹੁਣ ਫਿਰ ਅਗਲੇ ਬਲੋਕ 'ਚ।